Amritsar Police has arrested a very vicious thief who was misusing his education, worked as an engineer in a company called Advanced Graphics Service in Amritsar. According to police, he stole a key from his office. Amritsar Police has succeeded in arresting two people who steal money from ATMs. In fact, in the last few days, there have been incidents of theft of lakhs of rupees without breaking ATMs in the city. Police have arrested Deepak and Samir in this case. According to the police, there was an engineer in the company who looked after Deepak ATM who was fired by the company. But because of ATM codes and so much information, he was accomplishing these incidents with a partner. It had to carry out another incident, but before that it got caught by the police. ਅੱਜ ਅਸੀਂ ਇਕੱਠੇ ਹੋਏ ਹਾਂ ਤੁਹਾਡੇ ਨਾਲ ਸ਼ੇਅਰ ਕਰਨ ਲਈ। ਐਕਚੁਅਲੀ ਰੀਸੈਂਟ ਟਾਈਮ ਵਿੱਚ ਦੋ ਬੜੇ ਹੀ ਟਿਪੀਕਲ ਟਾਈਪ ਦੇ ਅਤੇ ਕੁਛ ਅਲੱਗ ਤਰ੍ਹਾਂ ਦੀ ਮੋਡਸ ਆਪਰੈਂਡੀ ਵਾਲੇ ਕੇਸਿਸ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਨੋਟਿਸ 'ਚ ਆਏ ਅਤੇ ਦੋਨਾਂ ਦੇ ਵਿੱਚ ਹੀ ਬਹੁਤ ਅੱਛੀ ਪੁਲਿਸਿੰਗ, ਬਹੁਤ ਅੱਛਾ ਇਨਵੈਸਟੀਗੇਸ਼ਨ ਕਰਕੇ ਉਹਨੂੰ ਟਰੇਸ ਆਊਟ ਕੀਤਾ। ਇੱਕ ਮੈਂ ਮੈਂਸ਼ਨ ਕਰ ਦਿੰਦਾ ਬਰੀਫਲੀ, ਤੁਹਾਡੇ ਨਾਲ ਪਹਿਲਾਂ ਸਾਂਝਾ ਹੋ ਚੁੱਕਿਆ, ਇੱਕ ਕੇਸ ਸੀਗਾ ਜਿਹਦੇ 'ਚ ਇੱਕ ਰੋਮੈਨੀਅਨ ਨੈਸ਼ਨਲ ਆਇਆ ਸੀ ਅਤੇ ਉਹ ਸਕਿਮਿੰਗ ਡਿਵਾਈਸ ਲਗਾ ਕੇ ਅਤੇ ATMs ਵਿੱਚੋਂ ਪੈਸੇ ਕੱਢ ਲੈਂਦਾ ਸੀ, ਜਾਂ ਉਹਦੇ ਵਿੱਚ ਉਹਦੀ ਪੈਸੇ ਵਗੈਰਾ ਕੱਢਣ ਦੀ ਤਿਆਰੀ ਸੀ। ਇੱਕ ਕੇਸ ਉਹ ਟਰੇਸ ਆਊਟ ਹੋਇਆ ਸੀ। ਹੁਣ ਜਿਹੜਾ ਅੱਜ ਅਸੀਂ ਤੁਹਾਡੇ ਨਾਲ ਡਿਟੇਲ ਸ਼ੇਅਰ ਕਰ ਰਹੇ ਹੈਗੇ ਹਾਂ, ਇਹਦੇ 'ਚ ਵੀ ਅਸੀਂ ਦੋ ਬੰਦੇ ਫੜੇ ਹੈਗੇ ਹੈ। ਇੱਕ ਦਾ ਨਾਮ ਦੀਪਕ ਗਿੱਲ ਹੈਗਾ, ਦੂਜਾ ਸ਼ਮਸ਼ੇਰ ਹੈਗਾ। ਇਹਦੇ 'ਚ ਵੀ ਦੋ ਕੇਸਿਸ ਜਿਹੜੇ ਟਰੇਸ ਆਊਟ ਹੋਏ ਹੈਗੇ, ਇੱਕ ਤਾਂ ਕੁਛ ਟਾਈਮ ਪਹਿਲਾਂ ATM ਦੇ ਵਿੱਚੋਂ, ਮਈ ਮਹੀਨੇ ਦੀ ਗੱਲ ਹੈਗੀ ਹੈ, ਉਹਦੇ ਵਿੱਚ ਕੁਛ ਕੋਡ ਵਗੈਰਾ ਲਗਾ ਕੇ ਅਰਾਊਂਡ 9 ਲੱਖ ਤੋਂ ਜ਼ਿਆਦਾ ਪੈਸਾ ਨਿਕਲਿਆ ਸੀਗਾ ATM ਵਿੱਚੋਂ। ਇਸੇ ਤਰੀਕੇ ਨਾਲ ਆ 12 ਅਗਸਤ ਨੂੰ ਗੇਟ ਹਕੀਮਾ ਥਾਣੇ ਦੇ ਏਰੀਆ ਦੇ ਵਿੱਚੋਂ ਪੈਸਾ ਨਿਕਲਿਆ ਸੀਗਾ, ਤਕਰੀਬਨ 8 ਲੱਖ ਦੇ ਕਰੀਬ ਇਹ ਵੀ ਅਮਾਊਂਟ ਸੀਗੀ। ਸੋ ਕਾਫੀ ਹੈਵੀ ਅਮਾਊਂਟ, ਐਂਡ ਟਿਪੀਕਲੀ ਇਹ ਨਜ਼ਰ ਆਉਂਦਾ ਸੀ ਕਿ ATM ਨੂੰ ਤੋੜਿਆ ਨਹੀਂ ਗਿਆ ਹੈਗਾ, ਉਹਦੇ 'ਚ ਕੋਈ ਡੈਮੇਜ ਨਹੀਂ ਹੈਗਾ। ਸੋ ਕੋਈ ਨਾ ਕੋਈ ਇਹੋ ਜਿਹਾ ਸਾਨੂੰ ਇੰਡੀਕੇਸ਼ਨ ਸੀਗੀ ਕਿ ਕਿਸੇ ਨੂੰ ਭੇਤੀ ਬੰਦਾ ਹੈਗਾ, ਕੋਈ ਇਨਸਾਈਡਰ ਜੋਬ ਹੈਗੀ ਹੈ। ਸੋ ਉਹਦੇ ਲੜੀ ਦੇ ਵਿੱਚ ਹੀ ASI ਰਾਜਕੁਮਾਰ, SHO ਗੇਟ ਹਕੀਮਾ, ਪਲੱਸ ਇਹਨਾਂ ਦੀ ਸਾਰੀ ਟੀਮ ਜਿਹੜੀ ADCP ਸਿਟੀ 1, ACP ਸੈਂਟਰਲ ਦੇ ਤਹਿਤ ਇਹਨਾਂ ਨੇ ਇਸ ਕੇਸ ਨੂੰ ਟਰੇਸ ਕੀਤਾ ਹੈਗਾ। ਬੜਾ ਟਿਪੀਕਲ ਇਹਦੇ 'ਚ ਦੋ ਚੀਜ਼ਾਂ ਆਈਆਂ ਹੈਗੀਆਂ ਕਿ ਇੱਕ ਜਿਵੇਂ ATMs ਨੂੰ ਅੱਗੇ ਸਰਵਿਸ ਕਰਨ ਲਈ ਦਿੱਤਾ ਹੁੰਦਾ, ਇੱਕ ਐਡਵਾਂਸ ਗ੍ਰਾਫਿਕ ਸਰਵਿਸ ਕਰਕੇ ਇੱਕ ਕੰਪਨੀ ਹੈਗੀ ਹੈ, ਉਸ ਕੰਪਨੀ ਦਾ ਇਹ ਇੰਪਲੋਈ ਸੀਗਾ ਦੀਪਕ ਗਿੱਲ ਜੋ ਹੈ। ਇਹਨੂੰ ਕਿਸੇ ਰੀਜ਼ਨ ਕਰਕੇ ਉਹਦੀ ਕੋਈ ਕਾਰਗੁਜ਼ਾਰੀ ਦੇ ਵਿੱਚ ਪਹਿਲਾਂ ਵੀ ਕੋਈ ਕਮੀ ਨੋਟਿਸ 'ਚ ਆਈ ਸੀ, ਇਹਨੂੰ ਇਹਨਾਂ ਨੇ ਇਹਦੇ 'ਚੋਂ ਕੰਪਨੀ 'ਚੋਂ ਕੱਢ ਦਿੱਤਾ ਸੀਗਾ। ਸੋ ਕੰਪਨੀ 'ਚੋਂ ਕੱਢਣ ਦੇ ਬਾਵਜੂਦ ਇਹਦੇ ਕੋਲ ਇੱਕ ਕੇਸ ਦੇ ਵਿੱਚ ਤਾਂ ਇਹਦੇ ਕੋਲ ਇੱਕ ਚਾਬੀ ਅਵੇਲੇਬਲ ਸੀ। ਸੋ ਉਹਦੇ 'ਚ ਇੱਕ ਜਿਹੜੀ ਵੀ ਕੋਈ ਤਰ੍ਹਾਂ ਦਾ ਸਿਸਟਮ ਹੁੰਦੀ ਆ, ਉਹਦੇ 5-6 ਚਾਬੀਆਂ ਹੁੰਦੀਆਂ। ਸੋ ਵਨ ਆਫ ਦਾ ਕੀਜ਼ ਹੀ ਹੈਡ। ਇਸ ਤੋਂ ਇਲਾਵਾ ਜਿਹੜਾ ਉਹਦਾ ਕੋਡ ਸੀਗਾ, ਜਿਵੇਂ ਆਪਣੇ ਕੋਲ ਅਕਸਰ ਇਹ ਹੁੰਦਾ ਵੀ ਕੋਈ ਨਾ ਕੋਈ ਕੋਡ ਡਿਫੋਲਟ ਕੋਡ ਹੁੰਦਾ ਹੈ, ਈਵਨ ਜਿਵੇਂ ਆਪਣੇ ਮੋਬਾਈਲ ਆਪਾਂ ਯੂਜ਼ ਕਰਦੇ ਹਾਂ, ਕੁਝ ਵੀ ਕਰਦੇ ਹਾਂ ਵੀ 999 ਪਾਤਾ ਜਾਂ 0000 ਪਾਤਾ। ਸੋ ਦਾ ਬੈਂਕ ਹੈਡ ਨੋਟ ਚੇਂਜ ਦਾ ਡਿਫੋਲਟ ਕੋਡ। ਸੋ ਡਿਫੋਲਟ ਕੋਡ ਵੀ ਨਹੀਂ ਚੇਂਜ ਹੋਇਆ ਹੈਗਾ, ਜਿਹਦੇ ਕਰਕੇ ਇਹਨੂੰ ਪਤਾ ਸੀ ਅਤੇ ਇਹਨੇ ਟਰਾਈ ਕਰਕੇ ਉਸ ਤਰੀਕੇ ਨਾਲ ਕੱਢਿਆ ਹੈਗਾ। ਇੱਕ ਹੋਰ ਚੀਜ਼ ਇਹਦੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ 'ਚ ਆ ਰਹੀ ਹੈ, ਉਹ ਇਹ ਹੈ ਕਿ ਸਿੰਸ ਇਹ ਨੌਲੇਜੇਬਲ ਸੀ, ਇਹਨੂੰ ਕੰਪਨੀ 'ਚੋਂ ਕੱਢ ਦਿੱਤਾ ਗਿਆ ਸੀਗਾ, ਇਹ ਚੀਜ਼ ਪ੍ਰੋਪਰਲੀ ਸ਼ੇਅਰ ਨਹੀਂ ਕੀਤੀ ਗਈ ਅਲੱਗ ਅਲੱਗ। ਸੋ ਹਜੇ ਵੀ ਇਹਨੂੰ ਡਿਫਰੈਂਟ ਬੈਂਕਸ ਵਾਲੇ ਜਦੋਂ ਕੋਈ ਪ੍ਰੋਬਲਮ ਆਉਂਦੀ ਸੀ ਜਾਂ ਕੋਈ ਮੈਟਰ ਹੁੰਦਾ ਸੀ, ਇਹਨੂੰ ਕਈ ਵਾਰ ਬੁਲਾ ਲੈਂਦੇ ਸੀ ਹਜੇ ਵੀ। ਸੋ ਉਸੇ ਪ੍ਰੋਸੈਸ 'ਚ ਇਹ ਕੀ ਕਰਦਾ ਸੀ ਕਿ ਆਪਣੇ ਮੋਬਾਈਲ ਨਾਲ ਜਦੋਂ ਕੋਈ ਉਹਦੇ 'ਚ ਕੋਡ ਪਾ ਰਿਹਾ ਜਾਂ ਕੁਛ ਕਰ ਰਿਹਾ ਤਾਂ ਉਹਦਾ ਇੱਕ ਵੀਡੀਓ ਬਣਾ ਲੈਂਦਾ ਸੀ, ਅਤੇ ਉਹ ਵੀਡੀਓ ਬਣਾ ਕੇ ਉਹਦੇ ਤੋਂ ਫਿਰ ਇਹਨੂੰ ਚੂੰਕਿ ਨੌਲੇਜ ਕਾਫੀ ਹੈਗੀ ਹੈ, ਉਹ ਜ਼ੂਮ ਕਰਕੇ ਉਹਦੇ 'ਤੇ ਫਿਰ ਉਹ ਕੋਡ ਕੱਢ ਕੇ ਅਤੇ ਉਸ ਕੋਡ ਦੇ ਵਿੱਚੋਂ ਫਿਰ ਫਰਦਰ ਕਰਦਾ ਸੀ। ਸੋ ਇਹਨੇ ਆਲਰੇਡੀ ਇਹ ਦੋ ਵਾਰਦਾਤਾਂ ਆਲਰੇਡੀ ਕੀਤੀਆਂ ਹੈਗੀਆਂ, ਤੀਜੀ ਵਾਰਦਾਤ ਵੀ ਇਹਨੇ ਆਪਣਾ ਟਾਰਗੇਟ ਇੱਕ ਹੋਰ ਬੈਂਕ ਹੈਗਾ ਏਅਰਪੋਰਟ ਦੇ ਨੇੜੇ, ਉਹ ਆਈਡੈਂਟੀਫਾਈ ਕਰ ਲਿਆ ਸੀ, ਉਹਦੀ ਰੈਕੀ ਕਰ ਚੁੱਕਿਆ ਹੈਗਾ ਸੀ। ਸੋ ਦਿਸ ਇਜ਼ ਅ ਵੈਰੀ ਟਿਪੀਕਲ ਕੇਸ ਜਿਹਦੇ 'ਚ ਮੇਜਰ ਅਰੈਸਟ ਹੋ ਗਈਆਂ ਹੈਗੀਆਂ। ਆਲਰੇਡੀ ਰਿਕਵਰੀਜ਼ ਜਿਹੜੀਆਂ 4,20,000 ਦੇ ਕਰੀਬ ਦੀ ਹੋ ਚੁੱਕੀ ਹੈ, ਕੁਛ ਇਹਨਾਂ ਨੇ ਹੋਰ ਜਿਹੜੀ ਗੱਡੀ ਗੁੱਡੀ ਹੋਰ ਚੀਜ਼ਾਂ ਲਈਆਂ ਉਹ ਵੀ ਰਿਕਵਰੀਜ਼ ਚੱਲ ਰਹੀਆਂ ਅਤੇ ਉਹ ਪ੍ਰੋਸੈਸ ਔਨ ਹੈਗਾ। ਇਹਦੇ 'ਚ ਦੋ ਚੀਜ਼ਾਂ ਜੋ ਮੈਂ ਤੁਹਾਡੇ ਰਾਹੀਂ ਕਨਵੇ, ਅਤੇ ਅਸੀਂ ਆਲਰੇਡੀ ਬੈਂਕ ਅਥਾਰਟੀਜ਼ ਨਾਲ ਟੇਕਅਪ ਕਰ ਰਹੇ ਹਾਂ ਜੋ ਤੁਹਾਡੇ ਵੀ ਇੰਟਰਸਟ ਦੀਆਂ ਹੈਗੀਆਂ,
ਉਹ ਇਹ ਹੈਗਾ ਕਿ ਇੱਕ ਤਾਂ ਜਿਹੜੀ ਇਹ ਕੋਡ ਦੀ ਸੀਕ੍ਰੇਸੀ ਹੈ, ਜੋ ਵੀ ਕੋਈ ਕੋਡ ਹੁੰਦਾ ਹੈਗਾ, ਜਿਵੇਂ ਉਹਨਾਂ ਨੇ ਮੈਂ ਦੱਸਿਆ ਵੀ ਡਿਫਾਲਟ ਹੀ ਚੱਲੀ ਜਾ ਰਿਹਾ ਹੈਗਾ, ਸੋ ਇੱਕ ਜਿਹੜੀ ਸਟੈਂਡਰਡ ਪ੍ਰੋਟੋਕੋਲਸ ਗਾਈਡਲਾਈਨਸ ਹੈਗੀਆਂ ਹਰ ਜਗ੍ਹਾ 'ਤੇ ਅੱਜ ਕੱਲ੍ਹ, ਕਿ ਕੋਡ ਨੂੰ ਹਰ ਥੋੜ੍ਹੇ ਦਿਨਾਂ ਬਾਅਦ ਚੇਂਜ ਕਰੋ, ਪਿੰਨ ਨੂੰ ਚੇਂਜ ਕਰੋ, ਸੋ ਉਹ ਪ੍ਰੋਸੈਸਿਸ ਬੈਂਕਿੰਗ ਅਥਾਰਟੀਜ਼ ਨੂੰ ਕਰਨੇ ਚਾਹੀਦੇ ਆ, ਵੀ ਆਰ ਰਾਈਟਿੰਗ ਟੂ ਦੈਮ। ਦੂਸਰੀ ਚੀਜ਼ ਬਹੁਤ ਹੀ ਇੰਪੋਰਟੈਂਟ ਹੈ, ਕੀ ਸਿਕਿਉਰਿਟੀ, ਵੀ ਜੇ 5-6 ਚਾਬੀਆਂ ਹੈਗੀਆਂ ਕਿਸੇ ਚੀਜ਼ ਦੀ, ਅਤੇ ਉਹਦੀ ਇੱਕ ਸਿਕਿਉਰਿਟੀ ਉਹਦੇ 'ਚ ਇੱਕ ਚਾਬੀ ਮਿਸਿੰਗ ਹੈ, ਇਹ ਚੀਜ਼ ਨੂੰ ਰਿਅਲਾਈਜ਼ ਹੀ ਨਾ ਕਰਨਾ ਜਾਂ ਉਸ ਚੀਜ਼ ਨੂੰ ਕਿਸੇ ਨੇ ਪ੍ਰੋਪਰਲੀ ਫੋਲੋ ਨਾ ਕਰਨਾ, ਇਹ ਵੀ ਇੱਕ ਬਹੁਤ ਵੱਡੀ ਨੈਗਲੀਜੈਂਸ ਹੈਗੀ ਹੈ, ਵਿਚ ਵੀ ਆਰ ਆਲਸੋ ਟੇਕਿੰਗ ਅਪ। ਸੋ ਆਈ ਮਸਟ ਕੰਪਲੀਮੈਂਟ ਦੀ ਗੁੱਡ ਵਰਕ ਡਨ ਬਾਏ ASI ਰਾਜਕੁਮਾਰ, SHO ਗੇਟ ਗੇਮਾ ਐਂਡ ACP ਸੈਂਟਰਲ MSD। ਇਹਨਾਂ ਨੂੰ ਪ੍ਰੈਸ ਨੋਟ ਦੀ ਕਾਪੀ ਦੇ ਐਜ ਆਫ ਨਾਓ 2 ਇੰਸੀਡੈਂਟਸ ਆਰ ਕਲੀਅਰਲੀ ਇਸਟੈਬਲਿਸ਼, ਕਿਉਂਕਿ ਇਹ ਅਰਾਊਂਡ 4th-5th ਮਹੀਨੇ 'ਚ ਹੀ ਇਹਦਾ ਇਹਨੂੰ ਕੱਢਿਆ ਹੈਗਾ, ਇਜ਼ ਸੋਰਟ ਆਫ ਬਿਕਮ ਅਨਇੰਪਲੋਇਡ ਇਨ ਦੈਟ ਸੈਂਸ। ਤਾਂ ਉਸ ਤੋਂ ਬਾਅਦ ਇਹਦੀ ਜਿਹੜੀ ਨੌਲੇਜ ਸੀਗੀ ਅਤੇ ਐਕਸਪਰਟੀਜ਼ ਹੈਗੀ ਆ, ਉਹਨੂੰ ਇਹਨੇ ਮਿਸਯੂਜ਼ ਕਰਨਾ ਸ਼ੁਰੂ ਕੀਤਾ। ਅਤੇ ਤੀਜਾ ਟਾਰਗੇਟ ਐਜ਼ ਆਈ ਸੈਡ ਹੈਜ਼ ਆਲਰੇਡੀ ਆਈਡੈਂਟੀਫਾਈਡ, ਇਹਨੇ ਵੀਡੀਓ ਸ਼ੀਡੀਓ ਬਣਾ ਕੇ ਉਹਦੀ ਬਣਾਈ ਹੋਈ ਹੈਗੀ ਸਰ। ਇਹ ਇਹਨੇ BSC ਇਨਫੋਰਮੇਸ਼ਨ ਟੈਕਨੋਲੋਜੀ 'ਚ ਕੀਤੀ ਹੈ, BSC IT ਹੈ, ਪੜ੍ਹਿਆ ਲਿਖਿਆ। 6 ਚਾਬੀਆਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ, 6 ਚਾਬੀਆਂ ਸੀ, ਇੱਕ ਵਿੱਚੋਂ ਮਿਸਿੰਗ ਹੋ ਗਈ ਜੀ, ਉਹਦਾ ਵੀ ਕਸੂਰ ਉਹਨਾਂ ਹੀ ਮੰਨਿਆ ਜਾਂਦਾ ਜਿਨ੍ਹਾਂ ਦੇ ਹੋਣੀ ਚਾਹੀਦੀ ਅੰਡਰ ਵਿੱਚ ਚਾਬੀਆਂ ਜਿਹੜੀਆਂ ਹੈਗੀਆਂ, ਉਹ ਵੀ ਧਿਆਨ ਰੱਖਿਆ ਉਹਨਾਂ ਦੀ ਕਰਨੀ। ਅਸੀਂ ਇਸੇ ਕਰਕੇ ਐਜ਼ ਆ ਸੈਡ ਅਸੀਂ ਬੈਂਕਿੰਗ ਅਥਾਰਟੀਜ਼ ਨੂੰ ਲਿਖ ਕੇ ਭੇਜ ਰਹੇ ਹੈਗੇ, ਦੇ ਮਸਟ ਐਗਜ਼ਾਮਿਨ ਇਟ। ਐਜ਼ ਆਫ ਨਾਓ ਇਹਦੇ 'ਚ ਉਹਨਾਂ ਦੀ ਮਿਲੀ ਭੁਗਤ ਨਹੀਂ ਆਈ ਹੈ, ਮੈਲਾਫਾਈਡ ਨਹੀਂ ਹੈ, ਬਟ ਨੈਗਲੀਜੈਂਸ ਜ਼ਰੂਰ ਹੈ, ਸੋ ਵੀ ਲਾਈਕ ਟੂ ਐਗਜ਼ਾਮਿਨ ਦੈਟ। ਸਰ, ਚਾਬੀ ਇੱਕੋ ਇੱਕ ਮਿਸਿੰਗ ਸੀ, ਬਾਕੀ ਚਾਬੀਆਂ ਦਾ ਕਿਦਾਂ ਰਿਹਾ ਰੇਂਜ? ਨਹੀਂ, ਬਾਕੀ ਚਾਬੀਆਂ ਰੇ ਡੁਪਲੀਕੇਟ ਚਾਬੀਆਂ ਨਹੀਂ ਨਹੀਂ ਇੰਨੀ ਚਾਬੀਆਂ ਨਹੀਂ ਲੱਗਦੀਆਂ, ਬੇਸਿਕਲੀ ਤਾਂ ਕੋਡਸ ਹੈਗੇ ਨਾ, ਤਾਂ ਕੋਡਸ ਆਰ ਦੇਅਰ ਐਂਡ ਦੇਰ ਇਜ਼ ਅ ਕੀ। ਬਾਕੀ ਹੋਰ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ, ਰਿਕਵਰੀ ਚੱਲ ਰਹੀ ਹੈ, ਇੰਟਰੋਗੇਸ਼ਨ ਚੱਲੇਗੀ, ਜੇ ਕੋਈ ਹੋਰ ਚੀਜ਼ ਨੋਟਿਸ ਚਾਹੀਏ ਵਿਲ ਸ਼ੇਅਰ ਦੈਟ ਆਲਸੋ। ਬੈਂਕਸ ਦੇ ਕੁਝ ਇਹਨਾਂ ਦੇ ਇੰਪਲੋਈਜ਼ ਇਹਨਾਂ ਦੇ ਵਿੱਚ ਇਨਵੋਲਵ ਹੋ ਸਕਦੇ ਨੇ? ਪ੍ਰਾਈਮਾ ਫੇਸੀ ਅਜੇ ਤੱਕ ਨਹੀਂ ਹੈਗਾ, ਬਟ ਹੋ ਸਕਦੇ ਹੈ, ਵੀ ਆਰ ਐਗਜ਼ਾਮਿਨਿੰਗ ਦੈਟ, ਵੀ ਆਰ ਨੋਟ, ਵੀ ਆਰ ਕੀਪਿੰਗ ਦੀ ਇਨਵੈਸਟੀਗੇਸ਼ਨ ਓਪਨ, ਐਂਡ ਜੋ ਵੀ ਆਏਗੀ ਉਹਦੇ 'ਚ ਅਸੀਂ ਬੈਂਕ ਅਥਾਰਟੀਜ਼ ਦੀ ਆਪਣੀ ਇੰਟਰਨਲ ਵਿਜੀਲੈਂਸ ਦਾ ਸਿਸਟਮ ਵੀ ਹੈ, ਉਹਨਾਂ ਨਾਲ ਤਾਲਮੇਲ ਕਰਕੇ ਵੀ ਫੋਲੋ। ਸਰ, ਪਹਿਲੀ ਵਾਰ ਦਾ ਤੁਸੀਂ ਸਾਥੀ ਨਾਲ ਹੀ ਸੀ ਸ਼ਮਸ਼ੇਰ ਸਿੰਘ? ਹਾਂ, ਇਹ ਸ਼ਮਸ਼ੇਰ ਸਿੰਘ ਨਾਲ ਹੀ ਸੀਗਾ, ਜਿਹੜੀ ਪਹਿਲੇ 14 ਮਈ ਨੂੰ ਪਰਚਾ ਦਰਜ ਹੋਇਆ, ਦਾ ਇੰਸੀਡੈਂਟ ਵਾਜ ਔਨ 13th ਨਾਈਟ, ਸੋ 14th ਨੂੰ ਜਿਹੜਾ ਕਿ ਉਹਦੇ 'ਚ 9,45,000 ਇਹਨਾਂ ਨੇ ਕੱਢਿਆ ਸੀਗਾ। ਨਹੀਂ, ਹਜੇ ਚੱਲ ਰਹੀ ਹੈ ਇੰਟਰੋਗੇਸ਼ਨ, ਅਤੇ ਵੀ ਹੈਵ ਆਲਰੇਡੀ ਟੇਕਨ ਆਊਟ ਵੀ ਕੀ ਕਰ ਰਹੇ, ਅਤੇ ਵੀ ਆਰ ਫੋਲੋਇੰਗ ਅਪ ਆਨ ਦੀ ਅੰਟਾਇਰ ਮਨੀ ਚੇਨ ਇਜ਼ ਬੀਂਗ ਫੋਲੋਡ ਅਪ।